ਅਸੀਂ ਜਿਹੜਾ ਕਹਿ ਰਹੇ ਹੁੰਦੇ ਹਾਂ ਨਾ ਕਿ ਪੇਸ਼ੈਂਟ ਇਹ ਕਰੇ, ਪੇਸ਼ੈਂਟ ਉਹ ਕਰੇ, ਪੇਸ਼ੈਂਟ ਮੰਨ ਨਹੀਂ ਗਿਆ, ਪੇਸ਼ੈਂਟ ਮਦਦ ਮੰਗ ਲਿਆ। ਫੈਮਿਲੀ ਦੀ ਐਕਸ਼ਨ ਕਰਨਾ ਬਣਦਾ। ਐਕਸ਼ਨ ਕਰਨ ਦਾ ਮਤਲਬ ਹੁੰਦਾ ਹੈ ਉਹ ਕੰਮ ਕਰਨਾ ਜਿਹੜਾ ਕਿ ਤੁਹਾਡਾ ਦਿਲ ਨਹੀਂ ਕਰਦਾ ਕਰਨ ਨੂੰ, ਪਰ ਤੁਸੀਂ ਸਮਝਦੇ ਹੋ ਕਿ ਤੁਹਾਡੇ ਬੱਚੇ ਨੂੰ ਜਾਂ ਤੁਹਾਡੇ ਹਸਬੈਂਡ ਨੂੰ ਜਾਂ ਤੁਹਾਡੇ ਪੁੱਤਰ ਨੂੰ ਬਚਾਉਣ ਵਾਸਤੇ ਇੰਪੋਰਟੈਂਟ ਹੈ। ਇਹਨੂੰ ਕਹਿੰਦੇ ਹੈ ਐਕਸ਼ਨ। ਉਹ ਐਕਸ਼ਨ ਸਿਰਫ ਅਤੇ ਸਿਰਫ ਉਸ ਪਲਾਂ 'ਚ ਹੀ ਹੁੰਦਾ ਜਦੋਂ ਕਿ ਆਪਾਂ ਉਸ ਜਗ੍ਹਾ 'ਤੇ ਹੁੰਦੇ ਹਾਂ। ਇਹਦਾ ਮਤਲਬ ਹੈ ਕਿ ਜੇ ਪੇਸ਼ੈਂਟ ਨੂੰ ਮਦਦ ਮੰਗਣੀ ਨਹੀਂ ਆਉਂਦੀ ਤਾਂ ਕੀ ਸਾਡੀ ਫੈਮਿਲੀ ਨੂੰ ਮਦਦ ਮੰਗਣੀ ਆਉਂਦੀ ਹੈ? ਸਾਡੀ ਫੈਮਿਲੀ ਨੂੰ, ਸਾਡੀ ਉਸ ਫੈਮਿਲੀ ਨਾਲ ਜੁੜਨਾ ਹੁੰਦਾ ਜਿਹਦੇ 'ਚ ਕਾਉਂਸਲਰਸ ਹੈ, ਜਿਹਦੇ 'ਚ ਪ੍ਰੋਫੈਸ਼ਨਲਸ ਹੈ, ਜਿਹਦੇ 'ਚ ਮੈਡੀਸਨਸ ਹੈ, ਜਿਹਦੇ ਵਿੱਚ ਸਾਡੇ ਰਿਕਵਰੀ ਗਰੁੱਪ ਦੇ ਮੈਂਬਰਸ ਹੈ, ਜਿਹਦੇ 'ਚ ਕਲੱਬਸ ਹੈ, ਉਹਨਾਂ ਦੇ ਨਾਲ ਜੁੜਨਾ ਹੁੰਦਾ, ਉਹਨਾਂ ਨਾਲ ਰਾਬਤਾ ਕਾਇਮ ਕਰਨਾ ਹੁੰਦਾ, ਉਹਨਾਂ ਕੋਲੋਂ ਠੀਕ ਟਾਈਮ 'ਚ ਮਦਦ ਮੰਗਣੀ ਆਉਂਦੀ ਹੈ। ਅਸੀਂ ਪਤਾ ਕੀ ਕਰਦੇ ਰਹਿੰਦੇ ਹਾਂ, ਜੇ ਹੁਣ ਕਰੇਗਾ ਨਾ ਫਿਰ ਅਸੀਂ ਕਰਾਂਗੇ, ਹੁਣ ਨਹੀਂ ਕਰੇਗਾ, ਬਸ ਉਹਨੇ ਕਰ ਲਿਆ ਜੋ ਕਰਨਾ ਸੀ, ਹੁਣ ਉਹ ਜੋ ਕਰੇਗਾ। ਉਸ ਤੋਂ ਬਾਅਦ ਤੁਸੀਂ ਮਦਦ ਮੰਗਣ ਵਾਸਤੇ ਗੁੰਜਾਇਸ਼ ਨਹੀਂ ਛੱਡੋਗੇ, ਤੁਹਾਡੀ ਜਿਹੜਾ ਟਾਈਮ ਲੰਘ ਜਾਏਗਾ ਤੁਸੀਂ ਸਾਰੀ ਉਮਰ। ਮੈਂ ਦੇਖਿਆ ਉਹਨਾਂ ਫੈਮਿਲੀਜ਼ ਨੂੰ ਬਾਅਦ 'ਚ ਪਛਤਾਉਂਦੇ, ਕਿਉਂ? ਕਿਉਂਕਿ ਉਹਨਾਂ ਨੇ ਉਹ ਸਾਰਾ ਕੁਛ ਪਹਿਲੇ 3 ਸਟੈਪ ਕਰ ਲਏ ਹੁੰਦੇ ਆ, ਜੁੜ ਵੀ ਗਏ ਹੁੰਦੇ ਆ, ਇਕੱਠੇ ਵੀ ਹੋ ਜਾਂਦੇ ਆ, ਇਹ ਵੀ ਸਭ ਕੁਛ ਮਹਿਸੂਸ ਵੀ ਕਰ ਲੈਂਦੇ ਆ, ਪਰ ਉਹ ਐਕਸ਼ਨ 'ਚ ਨਹੀਂ ਪਾਉਣਾ। ਰਿਜ਼ਲਟ ਐਕਸ਼ਨ ਤੋਂ ਆਉਣੇ। ਮਤਲਬ ਤੁਸੀਂ ਕਿਸੇ ਜਗ੍ਹਾ 'ਤੇ ਜਾਣਾ, ਜੇ ਇੱਥੋਂ ਦਿੱਲੀ ਜਾਣਾ, ਤਾਂ ਕਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ? ਮੋਸ਼ਨ ਚਾਹੀਦਾ, ਤੁਹਾਨੂੰ ਕੋਈ ਨਾ ਕੋਈ ਵਹੀਕਲ ਚਾਹੀਦਾ, ਕੋਈ ਨਾ ਕੋਈ ਬੱਸ ਗੱਡੀ ਚਾਹੀਦੀ। ਜੇ ਬੱਸ ਗੱਡੀ ਆਈ ਤਾਂ ਤੁਸੀਂ ਉਹ 'ਚ ਬੈਠੇ ਨਹੀਂ। ਗੱਡੀ ਆਈ, ਦਿੱਲੀ ਦੀ ਗੱਡੀ ਗਈ, ਤੁਸੀਂ ਉਹ 'ਚ ਬੈਠੇ ਨਹੀਂ, ਤੁਸੀਂ ਦਿੱਲੀ ਕਿਸ ਤਰ੍ਹਾਂ ਪਹੁੰਚ ਜਾਓਗੇ? ਉਸ ਗੱਡੀ 'ਚ ਬਹਿਣਾ, ਉਹਨੂੰ ਕਹਿੰਦੇ ਹੈਗੇ ਹੈ ਮੋਸ਼ਨ 'ਚ। ਫਿਰ ਉਸ ਤੋਂ ਇੱਕ ਨਾਲ ਲਾਸਟ ਸਟੈਪ ਆਉਂਦਾ ਕਿ ਉਹ ਪਾ ਕੇ ਫਿਰ ਉਸ ਪ੍ਰੋਗਰਾਮ ਦੇ ਨਾਲ ਹਮੇਸ਼ਾ ਵਾਸਤੇ ਜੁੜੇ ਕਿਸ ਤਰ੍ਹਾਂ ਕਹਿਣਾ, ਉਹਨੂੰ ਕਹਿੰਦੇ ਹੈਗੇ ਹੈ ਫੈਮਿਲੀ ਦੀ ਰਿਕਵਰੀ, ਰਿਕਵਰੀ ਆਫ ਦਾ ਫੈਮਿਲੀ। ਰਿਕਵਰੀ ਆਫ ਦਾ ਪੇਸ਼ੈਂਟ ਇਜ਼ ਇੰਟਾਇਰਲੀ ਡਿਪੈਂਡੈਂਟ ਅਪੋਨ ਦਾ ਰਿਕਵਰੀ ਆਫ ਦਾ ਫੈਮਿਲੀ। ਜੇ ਪੇਸ਼ੈਂਟ ਤੁਹਾਡਾ ਹਰਮੀਟੇਜ 'ਚ ਹੈ, ਤੁਸੀਂ ਇਸ ਮੀਟਿੰਗ 'ਚ ਬੈਠੇ ਹੋ, ਤੁਸੀਂ ਇਹਨਾਂ ਮੀਟਿੰਗਾਂ ਨੂੰ ਅਟੈਂਡ ਕਰ ਰਹੇ ਹੋ, ਇਹਦੇ ਪਰਫੈਕਟ ਕੰਬੀਨੇਸ਼ਨ ਆਫ ਪੇਸ਼ੈਂਟ ਦੀ ਰਿਕਵਰੀ, ਫੈਮਿਲੀ ਦੀ ਰਿਕਵਰੀ, ਇਹੀ ਸਭ ਤੋਂ ਬੈਸਟ ਸਿਨੈਰੀਓ। ਸਾਡਾ ਅਲਟੀਮੇਟਲੀ ਗੋਲ ਇਹ ਹੈ, ਕਿਉਂਕਿ ਇਹਦੇ ਨਾਲ ਜਿਹੜੀ ਫੈਮਿਲੀ ਦੀ ਰਿਕਵਰੀ ਹੋਣੀ ਹੈ ਨਾ, ਉਹ ਸਿਰਫ ਪੇਸ਼ੈਂਟ ਦੀ ਰਿਕਵਰੀ ਨਹੀਂ ਹੋਣੀ, ਉਹ ਸਾਰੇ ਘਰ ਦੀ ਰਿਕਵਰੀ ਹੋ ਜਾਣੀ। ਜਿਹੜੀਆਂ ਚੀਜ਼ਾਂ ਆਪਾਂ ਜ਼ਿੰਦਗੀ 'ਚ ਸਾਡੇ ਕੋਲ ਅੰਦਰ ਸਰਮਾਇਆ ਪਿਆ ਹੋਇਆ, ਉਹ ਸਾਰਾ ਦਾ ਸਾਰਾ ਉਸ ਦਿਨ ਕੰਮ ਆਉਣਾ ਜਦੋਂ ਅਸੀਂ ਇਸ ਪ੍ਰੋਗਰਾਮ 'ਚ ਆਉਣਾ। ਇੱਕ ਵਾਰੀ ਨਾ ਇੱਕ ਇਨਸਾਨ ਲੰਘ ਰਿਹਾ ਸੀਗਾ, ਉਹਦੇ ਕੋਲੋਂ ਨਾ ਇੱਕ ਮੰਗਤੇ ਨੇ ਪੈਸੇ ਮੰਗੇ, ਅਤੇ ਮੰਗਤੇ ਨੇ ਜਦੋਂ ਪੈਸੇ ਮੰਗੇ ਤਾਂ ਉਹ ਕਹਿੰਦਾ ਕਿ ਮੇਰੇ ਕੋਲ ਤਾਂ ਤੈਨੂੰ ਦੇਣ ਵਾਸਤੇ ਕੁਛ ਨਹੀਂ ਹੈਗਾ, ਪਰ ਕਿ ਮੈਂ ਇੱਥੇ ਕੋਈ ਕੁਸ਼ਚਨ ਪੁੱਛ ਸਕਦਾ? ਕਹਿੰਦਾ ਹਾਂ ਪੁੱਛ। ਕਹਿੰਦਾ ਜਿਹਦੇ ਤੂੰ ਬੈਠਾ ਹੋਇਆ ਇਹਦੇ ਵਿੱਚ ਕੀ ਹੈਗਾ? ਕਹਿੰਦਾ ਮੈਂ ਦੇਖਿਆ ਨਹੀਂ, ਮੈਂ ਪਿਛਲੇ 40 ਸਾਲ ਦੇ ਉੱਪਰ ਬੈਠਾ ਹੋਇਆ, ਪਰ ਮੈਂ ਦੇਖਿਆ। ਉਹ ਕਹਿੰਦਾ ਇਹਨੂੰ ਖੋਲ ਜਿਹੜਾ, ਉਹ ਖੋਲਦਾ ਅਤੇ ਉਹਦੇ ਵਿੱਚ ਸਾਰਾ ਸੋਨੇ ਨਾਲ ਭਰਿਆ ਹੁੰਦਾ। ਕਹਿੰਦਾ ਜਿਹਦੇ 'ਚ ਤੂੰ ਬੈਠਾ ਹੈ ਨਾ, ਉਹ ਪੂਰਾ ਸੋਨੇ ਨਾਲ ਭਰਿਆ, ਤਾਂ ਤੈਨੂੰ ਤਾਂ ਲੋੜ ਹੀ ਨਹੀਂ ਮੰਗਣ ਦੀ। ਗੱਲ ਅਸਲ 'ਚ ਤੁਹਾਡੇ ਅੰਦਰ ਦੀ ਜਿਹੜੀ ਤਾਕਤ ਪਈ ਹੁੰਦੀ ਨਾ, ਤੁਹਾਡੇ ਅੰਦਰ ਜੋ ਪਿਆ ਹੁੰਦਾ, ਉਹਦੇ ਬਾਹਰ ਆਉਣ ਵਾਸਤੇ ਨਾ ਇੱਕ ਤਰੀਕਾ ਹੁੰਦਾ। ਸਾਨੂੰ ਉਹ ਤਰੀਕਾ ਨਹੀਂ ਆਉਂਦਾ, ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਡੇ ਅੰਦਰ ਪਿਆ ਕੀ ਹੈ। ਇਸ ਕਰਕੇ ਅਸੀਂ ਆਉਂਦੇ ਹਾਂ ਅਤੇ ਖੱਪਦੇ ਖਪਾਉਂਦੇ, ਰੋਂਦੇ ਪਿੱਟਦੇ, ਇਸ ਤਰ੍ਹਾਂ ਹੀ ਵਾਪਸ ਚਲੇ ਜਾਂਦੇ ਹਾਂ। ਸੋ ਮੈਂ ਇਹ ਕਹੂੰਗਾ ਕਿ ਹਰ ਇੱਕ ਇਨਸਾਨ ਜਿਹੜਾ ਇੱਥੇ ਬੈਠਾ ਹੈ ਨਾ, ਉਹਦੇ 'ਚ ਕਾਬਲੀਅਤ ਹੈਗੀ ਹੈ ਇੱਕ ਬਹੁਤ ਜ਼ਬਰਦਸਤ ਜ਼ਿੰਦਗੀ ਜੀਣ ਦੀ। ਬਸ ਉਹਦੇ 'ਚ ਇੱਕ ਵਾਰੀ ਭੁੱਖ ਪੈਦਾ ਹੋ ਜਾਵੇ, ਇੱਕ ਵਾਰੀ ਤਮੰਨਾ ਪੈਦਾ ਹੋ ਜਾਵੇ, ਇੱਕ ਵਾਰੀ ਉਹਦੇ 'ਚ ਚਾਹ ਪੈਦਾ ਹੋ ਜਾਵੇ ਕਿ ਮੈਂ ਬਹੁਤ ਜ਼ਬਰਦਸਤ ਜ਼ਿੰਦਗੀ ਜੀਣੀ ਹੈ। ਜੇ ਉਹ ਪੈਦਾ ਹੋ ਗਈ ਨਾ, ਤਾਂ ਫਿਰ ਤੁਹਾਡੇ ਕੋਲ ਸੋਨਾ ਤਾਂ ਬਹੁਤ ਪਿਆ ਹੋਇਆ, ਜਿੰਨਾ ਮਰਜ਼ੀ ਖਰਚੋ ਅਤੇ ਸਾਰੀ ਉਮਰ ਇਹ ਮੁੱਕਣਾ ਨਹੀਂ ਹੈ, ਜਿੰਨਾ ਮਰਜ਼ੀ ਬਣੇ। ਮਿਹਰਬਾਨੀ।